ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਫਲੌਰ ਤੋਂ ਨਵਾਂਸ਼ਹਿਰ ਰੋਡ 'ਤੇ ਖੜ੍ਹੇ ਹਜ਼ਾਰਾਂ ਏਕੜ ਜੰਗਲ ਨੂੰ ਅਚਾਨਕ ਅੱਗ ਲਾ ਕੇ ਅੱਗ ਇੰਨੀ ਭਿਆਨਕ ਰੂਪ ਧਾਰਨ ਕਰ ਗਈ ਕਿ ਕਈ ਜਾਨਵਰ ਅੱਗ ਵਿੱਚ ਤੜਫ ਤੜਫ ਕੇ ਸੜ ਗਏ ਅਤੇ ਕੀਮਤੀ ਦਰਖਤ ਅਤੇ ਲੱਕੜ ਸੜ ਕੇ ਸਵਾਹ ਹੋ ਗਈ। ਇਸ ਮੌਕੇ ਫਗਵਾੜੇ ਤੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਸਿੰਘ ਬੋਲ ਰਿਹਾ ਮਨਜੀਤ ਬੇਕਰੀ ਤੋਂ। ਲਗਭਗ ਸਾਨੂੰ 10 ਦਿਨ 15 ਦਿਨ ਪਹਿਲਾਂ ਵੀ ਇਹ ਅੱਗ ਲੱਗ ਚੁੱਕੀ ਆ, ਤਕਰੀਬਨ ਮਹੀਨੇ ਦੇ ਵਿੱਚ ਕਈ ਵਾਰੀ ਅੱਗ ਲੱਗ ਚੁੱਕੀ ਹੈ, ਲੇਕਿਨ ਜਿਸ ਤਰ੍ਹਾਂ ਸਰਕਾਰਾਂ ਨੇ 550 ਗੁਰੂ ਨਾਨਕ ਮਹਾਰਾਜ ਜਨਮ ਦਿਨ ਉੱਤੇ ਪਿੰਡਾਂ ਦੇ 550 ਪੌਦਾ ਲਗਾਉਣ ਦਾ ਮੀਤਾ ਵਿੱਚ 550 ਪੌਦਾ ਪਿੰਡਾਂ ਲਗਾਉਣਾ, ਪਰ ਉਸ 500 ਜਿਹੜੇ ਪਹਿਲਾਂ ਪੌਦੇ ਲੱਗੇ ਹੋਏ ਅਸੀਂ ਇਹਨੂੰ ਬਚਾ ਲਈਏ, ਸਾਡਾ ਮੇਨ ਟੀਚਾ ਹੋਣਾ ਚਾਹੀਦਾ। ਜਿਸ ਤਰ੍ਹਾਂ ਵਾਰ ਵਾਰ ਜੰਗਲਾਤ ਮਹਿਕਮੇ ਦੇ ਵਿੱਚ ਜਾਂ ਕਿਸਾਨਾਂ ਵੱਲੋਂ ਵਾਰ ਵਾਰ ਅੱਗ ਲਗਾ ਦਿੱਤੀ ਜਾਂਦੀ ਆ ਕਣਕ ਦੀ ਬਣਾਈ ਦੇ ਵਿੱਚ, ਪ੍ਰਸ਼ਾਸਨ ਵੀ ਜਿਹੜਾ ਹੈਗਾ ਆ ਉਸ ਦੇ ਵਿੱਚ ਕੋਈ ਸਖਤੀ ਨਾਲ ਕੰਮ ਨਹੀਂ ਲੈ ਰਿਹਾ। ਕਿੰਨੇ ਕੁ ਏਕੜ 'ਚ ਲੱਗੀ ਅੱਗ? ਲਗਭਗ 12 ਵਾਰੀ ਕਰਕੇ ਇਹ ਲਗਭਗ 5 ਖੇਤ ਜੋ ਹੈਗੇ ਆ ਇਹ ਜੰਗਲ ਦੇ ਸਵਾਹ ਹੋ ਚੁੱਕੇ ਆ। ਅੱਜ ਲਗਭਗ 2 ਤੋਂ 3 ਖੇਤ ਸਵਾਹ ਖੇਤ ਜਿਹੜੇ ਹੈਗੇ ਜੰਗਲ ਦੇ ਸਵਾਹ ਹੋ ਚੁੱਕੇ ਆ। ਲਗਭਗ 350 ਪੌਦਾ ਜਿਹੜਾ ਸੀਗਾ ਛੋਟਾ ਛੋਟਾ ਜੋ 2-2, 3-3 ਸਾਲ ਦਾ ਹੋ ਚੁੱਕਾ ਸੀ ਉਹ ਬਿਲਕੁਲ ਸਵਾਹ ਹੋ ਚੁੱਕਾ ਆ, ਔਰ ਜਿਹੜੇ ਵੱਡੇ ਪੌਦੇ ਸੀ 20-20 ਸਾਲ ਪੁਰਾਣੇ ਉਹ ਵੀ ਲਗਭਗ ਜਿਹੜੇ ਹੈਗੇ ਜਾਨਵਰ ਦੀ ਵੀ ਜਿਹੜੀ ਹੈਗੀ ਆ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਵਾਤਾਵਰਨ ਸਾਨੂੰ ਵੀ ਇੱਥੇ ਖੜ੍ਹੇ ਨੁਕਸਾਨ ਲੈ ਹੋ ਰਿਹਾ ਅਤੇ ਕਾਫੀ ਜਿਹੜੇ ਫਲੋਰ ਦੇ ਵਿੱਚ ਪੰਛੀਆਂ ਦਾ ਗੜ੍ਹ ਕਿਹਾ ਜਾਂਦਾ ਤੋਤਿਆਂ ਔਰ ਕਾਵਾਂ ਦਾ, ਲੇਕਿਨ ਫਲੋਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਉਸ ਸਮੇਂ ਦੇ ਵਿੱਚ ਜਿਹੜੇ ਕਾਂ ਔਰ ਪੰਛੀ ਵੀ ਸਮਾਪਤ ਹੋ ਜਾਣਗੇ, ਜੋ ਸਾਡੇ ਫਲੋਰ ਵਾਸੀਆਂ ਲਈ ਔਰ ਸਾਡੇ ਪ੍ਰਸ਼ਾਸਨ ਲਈ ਬੜੀ ਸ਼ਰਮ ਦੀ ਗੱਲ ਆ। ਜੰਗਲਾਤ ਮਹਿਕਮੇ ਤੋਂ ਅੱਗ ਲੱਗੀ ਆ, ਕਮੇਟੀ ਵਾਲਿਆਂ ਦਾ ਪਲਾਟ ਆ, ਸਾਡਾ ਡਿਪਾਰਟਮੈਂਟ ਸਾਡਾ ਹੀ ਹਰ ਵਾਰ ਅੱਗ ਬੁਝਾਉਣ ਆਉਂਦਾ, ਸਾਨੂੰ ਕਮੇਟੀ ਦੀ ਕੋਈ ਵੀ ਕਿਸੇ ਪਾਸੇ ਸਹਾਇਤਾ ਨਹੀਂ ਮਿਲਦੀ ਜੀ। ਅੱਗ ਕਾਫੀ ਲੱਗੀ ਆ? ਅੱਗ ਕਾਫੀ ਲੱਗੀ, ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਅਤੇ ਸਾਡੇ ਬੰਦੇ ਆ ਅੱਗ ਬੁਝਾ ਰਹੇ ਨਾਲ ਆ ਕੇ। ਬਾਕੀ ਦੇਖੋ ਸੜ ਗਿਆ ਸਾਰਾ ਜੰਗਲ, ਪਤਾ ਲੱਗਿਆ ਅੱਗ ਦਾ, ਲੇਕਿਨ ਮੈਂ ਉੱਥੇ ਫਾਇਰ ਬ੍ਰਿਗੇਡ ਗੱਡੀ ਫਗਵਾੜੇ ਟੈਲੀਫੋਨ ਕਰ ਦਿਓ, ਗੱਡੀਆਂ ਚੱਲ ਪਈਆਂ ਤੋਂ ਗੱਡੀਆਂ ਆ ਕੇ ਮਿੰਟੋ ਮਿੰਟ ਬੁਝਾਉਣਗੀਆਂ। ਕੁਛ ਪ੍ਰਬੰਧ ਹੋਏ ਆ? ਆ ਰਹੀ ਆ ਮਿੰਟੋ ਮਿੰਟ ਆ ਰਹੀ ਆ।